ਮੈਂ ਚਾਹੁੰਦੀ ਹਾਂ ਵੀ ਮੇਰੇ ਪਿੰਡ ਦਾ ਵਿਕਾਸ ਹੋਵੇ, ਕਿਉਂਕਿ ਮੇਰੀ ਮੈਰਿਜ ਨੂੰ 7 ਸਾਲ ਹੋ ਗਏ ਨੇ, ਬਟ ਜਿੱਦਾਂ ਦੇਖ ਰਹੇ ਹਾਂ ਵੀ ਅੱਜ ਕੱਲ੍ਹ ਗਲੀਆਂ ਵੀ ਮਤਲਬ ਕੱਚੀਆਂ ਨੇ, ਪਾਣੀ ਦੀ ਨਿਕਾਸੀ ਦੀ ਕੋਈ ਪ੍ਰਬੰਧ ਨਹੀਂ ਹੈਗਾ, ਵੀ ਜਿੰਨਾ ਹੋ ਸਕੇ ਮੈਂ ਜਿੰਨਾ ਮਤਲਬ ਹੋਊਂਗੀ ਓਨਾ ਹੀ ਵਿਕਾਸ ਕਰਨ ਦੀ ਕੋਸ਼ਿਸ਼ ਕਰੂੰਗੀ ਜੇ ਮੈਨੂੰ ਪਿੰਡ ਨੇ ਮੌਕਾ ਦਿੱਤਾ ਤਾਂ। ਤੁਸੀਂ ਇੱਕ ਲੇਡੀਜ਼ ਹੋ, ਸਰਪੰਚ ਚੁਣੇ ਜਾਂਦੇ ਹੋ, ਕਿ ਔਰਤਾਂ ਨੂੰ ਜਿਸ ਤਰ੍ਹਾਂ ਸਮੱਸਿਆਵਾਂ ਆਉਂਦੀਆਂ ਪਿੰਡਾਂ 'ਚ, ਉਸ ਨੂੰ ਕਿਸ ਤਰ੍ਹਾਂ ਹੱਲ ਕਰੋਗੇ? ਮੈਂ ਜਿੰਨੀਆਂ ਵੀ ਸਮੱਸਿਆਵਾਂ ਨੇ ਮੇਰੇ ਪਿੰਡ ਦੀਆਂ ਔਰਤਾਂ ਦੀ ਸਭ ਨੂੰ ਹੱਲ ਕਰਾਂਗੀ। ਜਿਹੜੇ ਵਿਰੋਧੀ ਥੋੜੇ ਰਹੇ ਹੁਣ ਤੱਕ, ਪਹਿਲਾਂ ਪਿੰਡ ਦੇ ਵਿੱਚ ਕੋਈ ਕੰਮ ਹੋਏ ਆ ਉਹਨਾਂ ਦੇ ਵੱਲੋਂ, ਕੋਈ ਪਿੰਡ ਦਾ ਕੰਮ ਹੋਇਆ ਕੋਈ? ਜਿੰਨਾ ਤੱਕ ਮੇਰੀ ਨਜ਼ਰ 'ਚ ਮੈਨੂੰ ਨਹੀਂ ਲੱਗਦਾ ਵੀ ਕੋਈ ਇੰਨਾ ਕੰਮ ਕੀਤਾ ਗਿਆ ਹੋਵੇ, ਕਿਉਂਕਿ ਆਪਾਂ ਹੁਣ ਇੱਥੇ ਹੀ ਲੱਗ ਲਓ ਵੀ ਬਲੋਕ ਇੱਟਾਂ ਨੇ, ਬਟ ਜਦੋਂ ਆਪਾਂ ਪਿੰਡ 'ਚ ਜਾਂਦੇ ਹਾਂ ਇੰਨੀ ਕੋਈ ਵਧੀਆ ਪ੍ਰਬੰਧ ਨਹੀਂ ਕੀਤਾ ਹੋਇਆ। ਜਿੱਦਾਂ ਪਾਣੀ ਦੀ ਨਿਕਾਸੀ ਲੈ ਲਓ, ਸਾਡੇ ਪਿੰਡਾਂ 'ਚ ਅਗਰ ਬਾਰਿਸ਼ ਵੀ ਆਵੇ ਥੋੜ੍ਹੀ ਜਿਹੀ ਤਾਂ ਸਾਰਿਆਂ ਦੇ ਘਰਾਂ 'ਚ ਜਾਂਦਾ ਪਾਣੀ, ਤਾਂ ਮੈਂ ਚਾਹੁੰਦੀ ਹਾਂ ਵੀ ਜਦੋਂ ਮੈਂ ਸਰਪੰਚ ਬਣੂੰ ਇਹ ਜਿਹੜੀਆਂ ਸਮੱਸਿਆਵਾਂ ਨੇ ਇਹ ਵੀ ਹੱਲ ਕਰੂੰ, ਜਿਹੜੀ ਮੇਰੀ ਪਿੰਡ ਦੀਆਂ ਔਰਤਾਂ ਨੇ ਉਹਨਾਂ ਨੂੰ ਅੱਗੇ ਲੈ ਕੇ ਆਊਂ। ਸਕੂਲ ਜਾਣ ਵਾਲੇ ਵਿਦਿਆਰਥੀਆਂ ਦੇ ਲਈ ਖਾਸ ਤੌਰ ਤੁਹਾਡੇ ਸਕੂਲ ਦੇ ਵਿੱਚ ਗਰਾਊਂਡ ਨੀਵਾਂ ਹੈ, ਪਾਣੀ ਭਰ ਜਾਂਦਾ, ਬੱਚਿਆਂ ਨੂੰ ਕਿੰਨੀ ਮੁਸ਼ਕਿਲ ਆਉਂਦੀ ਹੈ? ਮੇਰੇ ਹਿਸਾਬ ਨਾਲ ਤਾਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਗਰਾਊਂਡ ਹੈ, ਠੀਕ ਹੈ, ਕੁੜੀਆਂ ਸਪੋਰਟਸ 'ਚ ਅੱਗੇ ਨਹੀਂ ਵੱਧ ਸਕਦੀਆਂ ਹੋਣੀਆਂ, ਖੇਲ ਕੂਦ 'ਚ ਵੀ ਉਹਨਾਂ ਨੂੰ ਪਿੱਛੇ ਮਿਲਦਾ ਹੋਣਾ ਆਉਣ ਨੂੰ। ਹਾਂ, ਆਪ ਜੀ ਦਾ ਨਾਮ? ਹਾਂ, ਦਰਸ਼ਨ ਜੀ। ਹਾਂ ਦਰਸ਼ਨ ਜੀ, ਤੁਹਾਡੇ ਮਨ 'ਚ ਕਿਸ ਤਰ੍ਹਾਂ ਦੀ ਸਰਪੰਚ ਔਰ ਪੰਚਾਇਤ ਹੋਣੀ ਚਾਹੀਦੀ ਹੈ ਗੁਲਾੜ ਦੀ? ਸਰਪੰਚ ਵਧੀਆ ਹੋਣਾ ਚਾਹੀਦਾ ਜੀ। ਸਰਪੰਚ ਵੱਲੋਂ ਦੇਖੋ ਆਪਾਂ ਦੇਖਦੇ ਹੀ ਹਾਂ ਵੀ ਇੱਕ ਪਿੰਡ ਵੱਲੋਂ ਲਾਇਬ੍ਰੇਰੀ ਹੋਣੀ ਚਾਹੀਦੀ ਹੈ, ਜੋ ਜਵਾਕਾਂ ਨੂੰ ਪੜ੍ਹਾਈ ਦੀ ਸਹੂਲਤ ਹੋਣੀ ਚਾਹੀਦੀ ਹੈ, ਗਰਾਊਂਡ ਹੋਣਾ ਚਾਹੀਦਾ। ਪਰ ਮੈਂ ਬੇਨਤੀ ਇਸ ਤਰ੍ਹਾਂ ਕਰਦਾ ਵੀ ਇਹ ਮੇਰੇ ਮਿਸਿਜ ਜੀ ਨੇ, ਹਾਂ ਮਿਸਿਜ ਜੀ ਨੇ, ਤਾਂ ਮੈਂ ਜ਼ਿਲ੍ਹਾ ਪ੍ਰਚਾਰ ਚੱਲ ਰਿਹਾ ਤੁਹਾਡਾ? ਬਹੁਤ ਵਧੀਆ ਚੱਲ ਰਿਹਾ, ਲੋਕਾਂ ਦਾ ਬਹੁਤ ਸਾਥ ਮਿਲ ਰਿਹਾ ਜੀ। ਪਹਿਲਾਂ ਤੁਹਾਡੇ ਪਤਨੀ ਜੀ ਸਰਪੰਚ ਚੁਣੇ ਜਾਂਦੇ, ਕਿਸ ਤਰ੍ਹਾਂ ਦਾ ਤੁਸੀਂ ਕੰਮ ਕਰਨਾ ਚਾਹੁੰਦੇ ਪਿੰਡ? ਮੈਂ ਬਹੁਤ ਕੰਮ ਕਰਨਾ ਚਾਹੁੰਦਾ ਜੀ। ਪਹਿਲਾਂ ਮੈਂ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਰਿਹਾ ਸਰ, ਇੱਥੋਂ ਗਲਾੜ ਤੋਂ ਆਪਣੀ ਬੈਲਟ ਸੀ ਗਲਾੜ ਜ਼ੋਨ ਦੀ, ਬਹੁਤ ਕੰਮ ਕੀਤੇ ਨੇ ਸਰ ਲੋਕਾਂ ਦੇ, ਰਾਸ਼ਨ ਕਾਰਡ ਵੱਲੋਂ ਉਹਦਾ ਵੀ ਸਾਰਾ ਸਿਸਟਮ, ਬਾਕੀ ਆ ਜਿਹੜੀ ਮੌਜੂਦਾ ਸਰਕਾਰ ਹੈ ਇਹਨਾਂ ਤੋਂ ਵੀ ਸਾਨੂੰ ਬਹੁਤ ਆਸ ਹੈ, ਅਸੀਂ ਸਰਪੰਚ ਬਣਦੇ ਸਰ ਇਹ ਸਰਕਾਰ ਤੋਂ ਸਾਨੂੰ ਬਹੁਤ ਆਸ। ਠੀਕ, ਹੋਰ ਵੀ ਪਿੰਡ ਦੇ ਲੋਕ ਖੜੇ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਤਾਂ ਕਈ ਦੇਖੇ ਹੋਏ ਚੋਣਾਂ ਪੰਚਾਇਤਾਂ ਦੀਆਂ, ਅੱਛਾ, ਇਸ ਵਾਰ ਕਿਸ ਤਰ੍ਹਾਂ ਦੇਖ ਰਹੇ ਹੋ? ਉਮੀਦਵਾਰ ਦਰਸ਼ਨ ਸਿੰਘ, ਹੋਰ ਇੱਥੇ ਨਸ਼ਾ ਪੱਤਾ ਖਤਮ ਹੋਵੇ, ਇੱਥੇ ਬਾਕੀ ਗੁੰਡਾਗਰਦੀ ਬਹੁਤ ਚੱਲ ਰਹੀ ਹੈ, ਇੱਥੇ ਬਸ ਗੁੰਡੇ ਵੱਲ ਜ਼ਿਆਦੇ ਅਤੇ ਚੰਗੇ ਵੱਲ ਥੋੜ੍ਹੇ, ਆਹ ਕੰਮ ਹੋ ਚਾਹੀਦੇ। ਹਾਂ ਹਾਂ, ਤੁਸੀਂ ਕੀ ਕਹੋਗੇ ਜੀ? ਸਰ ਸਾਡਾ ਇੱਕੋ ਇੱਕ ਮਕਸਦ ਹੈ, ਇੱਥੇ ਲਾਇਬ੍ਰੇਰੀ ਲਈ ਬੱਚੇ ਬਹੁਤ ਦੂਰ ਦੂਰ ਧੱਕੇ ਖਾਣ ਜਾਂਦੇ ਨੇ, ਸਾਨੂੰ ਪੜ੍ਹਾਈ ਦਾ ਮੁੱਦਾ ਚਾਹੀਦਾ, ਸਭ ਤੋਂ ਵੱਡਾ ਮੁੱਦਾ ਪੜ੍ਹਾਈ ਦਾ ਅਤੇ ਪਾਣੀ ਦਾ ਹੈ। ਪਾਣੀ ਖਰਾਬ ਹੈ ਤੁਹਾਡੇ ਪਿੰਡ ਦਾ? ਪਾਣੀ ਖਰਾਬ ਹੈ, ਟੈਂਕੀ ਦਾ ਮੰਨ ਕੇ ਚੱਲੋ ਕਿਤੇ ਜਾਂਦਾ ਕਿਤੇ ਨਹੀਂ ਜਾਂਦਾ, ਅਵਾਰਾ ਪਾਣੀ ਚੱਲਦਾ, ਪਾਣੀ ਦੀ ਇੰਨੀ ਬਰਬਾਦੀ ਹੈ, ਕੋਈ ਇਸਦਾ ਧਿਆਨ ਨਹੀਂ ਦਿੰਦਾ ਇਸ ਵੱਲ ਜੀ। ਪਾਣੀ ਔਰ ਲਾਇਬ੍ਰੇਰੀ, ਲਾਇਬ੍ਰੇਰੀ ਅਸੀਂ ਖੁਦ ਧੱਕੇ ਖਾਣ ਜਾਂਦੇ ਹਾਂ, ਖਨੌਰੀ ਜਾਂਦੇ ਹਾਂ, ਹੋਤੀ ਪੁਰੇ ਸਰਪੰਚ ਹੈ ਜਿਹੜਾ ਉਹਨੇ ਲਾਇਬ੍ਰੇਰੀ ਬਣਾਤੀ, ਇੱਥੇ ਅਜੇ ਤੱਕ ਕਿਸੇ ਨੇ ਲਾਇਬ੍ਰੇਰੀ ਬਾਰੇ ਕੋਈ ਮੁੱਦਾ। ਤੁਹਾਡੇ ਵੱਲੋਂ ਆਪਣੇ ਟਾਈਮ ਦੇ ਦੌਰਾਨ ਕੀ ਕੁਛ ਕੰਮ ਕਰਾਏ ਗਏ ਪਿੰਡ ਦੇ ਵਿੱਚ? 5 ਸਾਲ ਦੇ ਕਾਰਜਕਾਲ ਦੇ ਵਿੱਚ ਅਸੀਂ ਆਪਦੀਆਂ ਪੂਰੀਆਂ ਤਾਕਤਾਂ ਝੋਕਦੀਆਂ, ਜੋ ਪਿੰਡ ਦੀ ਡਿਵੈਲਪਮੈਂਟ ਦੇ ਕੰਮ ਸੀ ਉਹ ਅਸੀਂ ਵੱਧ ਚੜ੍ਹ ਕੇ ਕੀਤੇ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਿਹੜੇ ਅਧੂਰੇ ਕੰਮ ਪਏ ਨੇ, ਜਿਵੇਂ ਕਿ ਸਾਡੇ ਪਿੰਡ ਅਸੀਂ 5 ਏਕੜ ਪੰਚਾਇਤੀ ਜ਼ਮੀਨ ਛੁਡਾਈ ਹੈ, ਜਿੱਥੇ ਕਿ ਸਾਡਾ ਸੁਪਨਾ ਵੀ ਇੱਥੇ ਲੜਕੀਆਂ ਦਾ ਕਾਲਜ ਹੋਵੇ, ਅਸੀਂ 5 ਏਕੜ ਜ਼ਮੀਨ ਸਰਕਾਰ ਨੂੰ ਦੇਣ ਵਾਸਤੇ ਗ੍ਰਾਮ ਸਭਾ ਦਾ ਮਤਾ ਪਾ ਚੁੱਕੇ ਹਾਂ, ਜਿਹਦੀ ਮਨਜ਼ੂਰੀ ਮਾਨਯੋਗ ਡਾਇਰੈਕਟਰ ਪੰਜਾਬ ਤੋਂ ਸਾਨੂੰ ਮਿਲ ਚੁੱਕੀ ਹੈ। ਸਾਡਾ ਮੇਨ ਮੁੱਦਾ ਵੀ ਸਾਡਾ ਪਿੰਡ ਪਾਤਰਾਂ ਤੋਂ 13 ਕਿਲੋਮੀਟਰ ਹੈ, ਖਨੌਰੀ ਤੋਂ 5 ਕਿਲੋਮੀਟਰ ਹੈ, ਅਤੇ ਨੇੜੇ ਤੇੜੇ ਕਾਲਜ ਨਾ ਹੋਣ ਕਰਕੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਪਿੰਡ ਲੜਕੀਆਂ ਦਾ ਕਾਲਜ ਹੋਵੇ। ਟੋਟਲ ਵੋਟ ਕਿੰਨੇ ਕਿੰਨੇ ਪੰਚਾਇਤਾਂ ਗੁਲਾੜ ਦੀ? ਸਾਡੇ ਪਿੰਡ ਦੀ ਟੋਟਲ ਵੋਟ 4000 ਹੈ, ਗੁਲਾੜ ਪਿੰਡ ਦੀਆਂ 4 ਪੰਚਾਇਤਾਂ ਨੇ, 3000 ਵੋਟ ਗ੍ਰਾਮ ਪੰਚਾਇਤ ਗੁਲਾੜ ਦੀ ਹੈ ਸਾਡੇ ਪਿੰਡ ਦੀ।
ਪਾਣੀ ਜਿਹੜਾ ਇੱਥੇ ਹੈ ਖਾਸ ਤੌਰ 'ਤੇ ਜ਼ਮੀਨੀ ਪਾਣੀ ਖਰਾਬ ਹੈ, ਲੋਕਾਂ ਨੂੰ ਸ਼ੁੱਧ ਪਾਣੀ ਮਿਲੇ ਇਸ ਵਕਤ ਬੜੀ ਸਮੱਸਿਆ ਹੈ ਲੋਕਾਂ ਦੀ, ਲੋਕ ਬਿਮਾਰ ਹੁੰਦੇ, ਪਾਣੀ ਮਾੜਾ ਹੋਵੇ, ਇਸ ਦੇ ਲਈ ਕੀ ਪ੍ਰਯਾਸ ਹੋਣੇ? ਇਸ ਦੇ ਲਈ ਅਸੀਂ ਗੌਰਮੈਂਟ ਨੂੰ ਸਾਡੇ ਪਿੰਡ ਵਾਟਰ ਸਪਲਾਈ ਵਾਸਤੇ ਅਸੀਂ ਜਗ੍ਹਾ ਦੇ ਚੁੱਕੇ ਹਾਂ ਅੱਧਾ ਏਕੜ, ਜਿਹਦੇ ਵਿੱਚ ਕਿ ਸੈਂਟਰ ਸਰਕਾਰ ਦੀ ਜੋ ਸਕੀਮ ਹੈ ਪੋਲਿਸੀ ਆ ਉਹਦੇ ਤਹਿਤ ਸਾਡੇ ਪਿੰਡ ਨਵਾਂ ਵਾਟਰ ਸਪਲਾਈ ਅਤੇ ਨਵੇਂ ਕਨੈਕਸ਼ਨ ਸਭ ਹੀ ਪਿੰਡ ਦੇ ਵਿੱਚ ਦੁਬਾਰੇ ਪਾਈਪਲਾਈਨ ਆਊਗੀ। ਹੁਣ ਵੀ ਪਾਈਪਲਾਈਨ ਲੋੜ ਤੋਂ ਵੱਧ ਪਈ ਹੈ ਸਾਡੇ ਕਾਰਜਕਾਲ ਦੇ ਵਿੱਚ। ਬੁੱਟਾ ਸਿੰਘ ਜੀ, ਤੁਹਾਡੇ ਵਿਰੋਧੀ ਕਹਿ ਰਹੇ ਹਾਂ ਵੀ ਕੰਮ ਨਹੀਂ ਕਰਾਏ ਤੁਸੀਂ ਟਾਈਮ ਦੇ, ਸਕੂਲ ਦੇ ਵਿੱਚ ਜਿਹੜੇ ਗਰਾਊਂਡ ਹੈ ਉੱਥੇ ਪਾਣੀ ਭਰ ਜਾਂਦਾ ਹੈ, ਇਹ ਜਿਹੜੇ ਬੱਚੇ ਲੜਕੀਆਂ ਆਉਂਦੀਆਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ। ਦੇਖੋ, ਵਿਰੋਧੀਆਂ ਦਾ ਕੰਮ ਹੈ ਨਿੰਦਣਾ, ਜਦੋਂ ਬਾਰਿਸ਼ ਪੈਂਦੀ ਹੈ ਟੋਟਲੀ ਹੀ ਪੰਜਾਬ ਦੀਆਂ ਗਲੀਆਂ ਸ਼ਹਿਰਾਂ ਦਾ ਬਲੋਕ ਹੋ ਜਾਂਦਾ, ਕਿਉਂਕਿ ਕੁਦਰਤ ਹੈ, ਰੱਬ ਹੈ, ਪਰਮਾਤਮਾ ਇੱਕ ਉਹੀ ਤਾਂ ਹੈਗਾ ਜਿਹਨੂੰ ਆਪਾਂ ਕੈਚ ਨਹੀਂ ਕੈਦ ਨਹੀਂ ਕਰ ਸਕਦੇ। ਜੇ ਇਹ ਵੀ ਨਾ ਹੋਇਆ, ਇਹ ਜਦੋਂ ਪਾਣੀ ਉਦੋਂ ਹੀ ਭਰਦਾ ਜਦੋਂ ਬਾਰਿਸ਼ ਪੈਂਦੀ ਹੈ, ਉਹ ਪਾਣੀ ਆਪਣੇ ਪੰਚਾਇਤ ਘਰ 'ਚ ਵੀ ਭਰ ਸਕਦਾ, ਆਪਣੇ ਘਰਾਂ 'ਚ ਵੀ ਭਰ ਸਕਦਾ।